ਅਖੀਰ ਲੋਕ ਸਭਾ ਚੋਣਾਂ 2019 ਦਾ ਆਖਰੀ ਪੜਾਅ ਆਪਣੇ ਅੰਜਾਮ ਤੇ ਹੈ। ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਚੋਣਾਂ ਦੇ ਇਸ ਪੜਾਅ 'ਚ ਪੰਜਾਬ ਸਮੇਤ 7 ਸੂਬਿਆਂ 'ਚ ਵੋਟਿੰਗ ਹੋ ਰਹੀ ਹੈ। ਪੰਜਾਬ ਸੂਬੇ ਦੀ ਜੇ ਗੱਲ ਕਰੀਏ ਤਾਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਮਤਦਾਨ ਹੋ ਚੁੱਕਿਆ ਅਤੇ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਆਪਣੇ ਪਰਿਵਾਰ ਸਮੇਤ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਸਿੰਘ ਔਜਲਾ ਸਥਾਨਕ ਸਵਾਮੀ ਵਿਵੇਕਾਨੰਦ ਕਾਲਜ 'ਚ ਵੋਟ ਕਰਨ ਪਹੁੰਚੇ, ਜਿੱਥੇ ਮੀਡੀਆ ਨਾਲ ਗੱਲ ਕਰਦਿਆਂ ਔਜਲਾ ਨੇ ਕਿਹਾ ਜਿਹੜਾ ਲਾਸਟ ਚਰਨ ਹੈ ਉਹਦੇ 'ਚ ਵੋਟਾਂ ਜਿਹੜੀਆਂ ਪੈ ਰਹੀਆਂ ਨੇ ਪੰਜਾਬ ਦੇ ਵਿੱਚ ਔਰ ਡੈਮੋਕ੍ਰੇਸੀ ਦਾ ਪਿੱਲਰ ਹੈ ਹਿੰਦੁਸਤਾਨ ਸੰਸਾਰ ਭਰ ਦੇ ਵਿੱਚ। ਔਰ ਪਹਿਲੀ ਗੱਲ ਤਾਂ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਜੇ ਹੁਣ ਤੁਹਾਡੀ ਫਾਈਟ ਚਲੇ ਜਾਣੀ ਹੈ ਕਿ ਵੋਟ ਪਾਉਣ ਜ਼ਰੂਰ ਜਾਇਓ, ਉਹ ਤੁਹਾਡੀ ਮਰਜ਼ੀ ਹੈ, ਤੁਹਾਡਾ ਅਧਿਕਾਰ ਖੇਤਰ ਹੈ ਕਿਹਨੂੰ ਪਾਉਣੀ ਹੈ, ਪਰ ਪਾਇਓ ਜ਼ਰੂਰ। ਔਰ ਮੈਨੂੰ ਬੜੀ ਖੁਸ਼ੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਲੋਕਾਂ ਦਾ ਮੇਰੇ 'ਤੇ ਵਿਸ਼ਵਾਸ ਜਿਹੜਾ ਹੈ ਮੈਨੂੰ ਲੱਗ ਰਿਹਾ ਕਿ ਦੁਬਾਰਾ ਕਰਨ ਜਾ ਰਹੇ ਔਰ ਬੜੇ ਵੱਡੇ ਮਾਰਜਨ ਦੇ ਨਾਲ ਉਹ ਜਿਤਾਉਣਗੇ ਵੀ। ਔਰ 23 ਨੂੰ ਜਿਹੜੇ ਰਿਜ਼ਲਟ ਹੈ ਉਹ ਬਹੁਤ ਸੁਖਾਵੇਂ ਅਤੇ ਵਧੀਆ ਹੋਣਗੇ ਔਰ ਸਾਰਿਆਂ ਨੂੰ ਕਰੂੰਗਾ ਸ਼ਾਂਤੀ ਦੇ ਨਾਲ ਜਿਹੜੀਆਂ ਵੋਟਾਂ ਨੇ ਪਾਉਣੀਆਂ ਵੀ ਚਾਹੀਦੀਆਂ ਔਰ ਪਾਉਣੀਆਂ ਵੀ ਚਾਹੀਦੀਆਂ। ਹਿਸਟੋਰੀਕਲ ਰਿਜ਼ਲਟ ਹੋਏਗਾ, ਵਧੀਆ ਰਿਜ਼ਲਟ ਹੋਏਗਾ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਦੁਨੀਆ ਭਰ ਦੀਆਂ ਤਾਜ਼ਾ ਤਰੀਨ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮਾਂ ਦਾ ਲਾਹਾ ਲੈਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਵਿਜ਼ਨ ਪੰਜਾਬ ਟੀਵੀ ਤੇ ਨਾਲ ਹੀ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ।